ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਨਵੇਂ ਬਲੌਗ ਵਿੱਚ ਤੁਹਾਡਾ ਸਵਾਗਤ ਹੈ। ਗੁਰਬਲੌਗਰ ਤੁਹਾਡਾ ਸਵਾਗਤ ਕਰਦਾ ਹੈ। ਅੱਜ ਸੋਮਵਾਰ ਦਾ ਦਿਨ ਹੈ। ਹਾਂਜੀ, ਅੱਜ ਅਸੀਂ ਚੱਲੇ ਹਾਂ ਭੇਲੀ ਦੇਣ, ਸਤਨਾਮ ਦੀ ਭੇਲੀ ਦੇਣ ਮੇਰੀਆਂ ਮਾਸੀਆਂ ਕੋਲ, ਜਾਣੀ ਕਿ ਸਤਨਾਮ ਦੀ ਦਾਦੀ ਦੇ ਘਰ ਲੇਕੋੜਲੇ, ਮੇਰੇ ਨਾਨਕੇ। ਜਾਵਾਂਗੇ ਅੰਮ੍ਰਿਤਗੜ੍ਹ, ਦਿਖਾਵਾਂਗੇ ਅੱਗੇ ਰਾਸਤੇ ਅਤੇ ਸ਼ਹਿਰ, ਬਾਕੀ ਉੱਥੇ ਦਾ ਜਿਵੇਂ ਵੀ ਉਹਨਾਂ ਦੇ ਰਿਵਾਜ਼ ਹੁੰਦੇ ਨੇ। ਜੁੜੇ ਰਹੋ ਸਾਡੇ ਨਾਲ। ਠੰਡ ਬਹੁਤ ਵੱਧ ਗਈ ਆ, ਬਹੁਤ ਜ਼ਿਆਦਾ ਠੰਡ ਆ। ਅੱਜ ਸਾਰੇ ਜਣੇ ਬਚ ਗਏ, ਸਾਡੇ ਵੀ ਘਰਦਿਆਂ ਨੂੰ ਥੋੜ੍ਹਾ ਜਿਹਾ ਬੁਖਾਰ ਹੋਇਆ ਹੋਇਆ, ਬਾਕੀ ਠੀਕ ਨੇ। ਸਾਰਿਆਂ ਨੇ ਬਚ ਕੇ ਰਹੋ, ਆਪਣਾ ਧਿਆਨ ਰੱਖੋ। ਸਾਡੇ ਚੈਨਲ ਨੂੰ ਵਾਰ ਵਾਰ ਤੁਹਾਨੂੰ ਕਹਿਣਾ ਪੈਂਦਾ ਵਾ ਜੀ, ਸਬਸਕ੍ਰਾਈਬ ਕਰ ਦਿਆ ਕਰੋ। ਤੁਸੀਂ ਸਬਸਕ੍ਰਾਈਬ ਨਹੀਂ ਕਰਦੇ, ਸਬਸਕ੍ਰਾਈਬ ਕਰਨ ਦਾ ਵਾ, ਜੇਕਰ ਸਬਸਕ੍ਰਾਈਬ ਦੇ ਬਟਨ ਉੱਤੇ ਰੈੱਡ ਸਬਸਕ੍ਰਾਈਬ ਲਿਖ ਕੇ ਆਉਂਦਾ ਤਾਂ ਤੁਸੀਂ ਸਬਸਕ੍ਰਾਈਬ ਕਰ ਦੇਣਾ ਵਾ। ਜੇਕਰ ਉਹ ਬਲੈਕ ਆ ਰਿਹਾ ਵਾ, ਇਹਦਾ ਮਤਲਬ ਤੁਸੀਂ ਉਹਨੂੰ ਸਬਸਕ੍ਰਾਈਬ ਕੀਤਾ ਹੋਇਆ ਵਾ। ਸਾਡੀ ਇੰਨੀ ਕੁ ਬੇਨਤੀ ਆ, ਇਹਨੂੰ ਪ੍ਰਵਾਨ ਕਰਨਾ। ਇੰਨਾ ਮੌਸਮ ਖਰਾਬ ਆ ਕਿ ਸਾਨੂੰ ਗੱਡੀ ਉੱਤੇ ਵੀ ਪਾਣੀ ਪਾ ਕੇ ਸਾਫ਼ ਕਰਨਾ ਪੈ ਰਿਹਾ। ਦੇਖੋ ਗੱਡੀ ਦਾ ਹਾਲ ਦੇਖ ਲਓ, ਵੀ ਮੀਂਹ ਨਾਲ ਕਿੰਨਾ ਹੋਇਆ ਪਿਆ ਬੁਰਾ ਹਾਲ, ਵੀ ਗੰਦੀ ਹੋਈ ਪਈ ਆ। ਸਾਫ਼ ਕਰ ਲਈ ਮੀਂਹ ਨਾਲ, ਗੱਡੀ ਗੰਦੀ ਹੋਈ ਪਈ ਆ। ਇਹ ਆ ਗੱਡੀ ਦੀ ਹਾਲਾਤ। ਹਾਂਜੀ, ਅਸੀਂ ਚੱਲੇ ਹਾਂ ਹੁਣ ਭੇਲੀ ਦੇਣ ਸਤਨਾਮ ਦੀ। ਅਵਨੀਤ ਕੌਰ ਉਹਦੀ ਭੈਣ ਸਾਡੇ ਨਾਲ ਚੱਲੀ ਆ। ਲੋਕ ਨਹੀਂ ਲੱਗ ਰਿਹਾ। ਹਾਂ, ਸਾਡੇ ਨਾਲ ਸੁਖਵਿੰਦਰ ਸਿੰਘ ਜੀ ਚੱਲੇ ਨੇ, ਮਾਮਾ ਜੀ, ਸਤਨਾਮ ਦੇ ਦਾਦਾ ਜੀ, ਮੇਰੇ ਮਾਮਾ ਜੀ ਭੇਲੀ ਦੇਣ।
ਤੁਸੀਂ ਇਹਨਾਂ ਦੀ ਵੀ ਐਡ ਕਰ ਦੀ ਭਾਈ ਚੈਨਲ ਚੱਲਦਾ ਇਹਨਾਂ ਦਾ ਆਂਡਾ ਸਵੀਟ ਵਾਲਿਆਂ ਨੂੰ ਮਿਠਾਈ ਦਿੱਤੀ ਜੋ ਕਿ ਬਹੁਤ ਫਰਕ ਆ ਰੇਟ ਦਾ ਐਮਗੜ ਦਾ ਤੇ ਉਹਦੇ ਦਾ ਆ ਗਏ ਮੇਰੀ ਮਾਸੀ ਦੇ ਪਿੰਡ ਨਸ਼ਹਿਰਾ ਪਿੰਡ ਨਸ਼ਹਿਰਾ ਪਿੱਛੇ ਕਲਾਵਾ आ गए असि मासी दे घरे आ गए जा रहे हैं अमरगढ़ मेरे नानकियां नूं रजिस्ट्री हो गई बिच वो तो पशु की बिच ही होगी अपनी जगह च पशु दी जा अमरगढ़ का टोल प्लाजा चलता है जिसका अप डाउन 53 रुपए है है की चलता थोड़ा टोल और वो अपना बंद है कड़ा बंद है लो जी पहुंच गए मेरे नानके पिंड अमरगढ़ लो जी आ गए अमरगढ़ मेरे नानके जी मेरे नानकियां दा पिंड वो पिछे नानकियां दा घर नाल सरदारां दी कोठी अमरगढ़ हुण पहुंच गए मेरे मासी दे पिंड रायपुर जो कि अमरगढ़ दे कोल ही है हुण आए हां असीं आपणी मासी दे घर पिंड रायपुर अमरगढ़ दे कोल है मासी के घर अहमगढ़ उन्होंने भेजी दे साढ़े घर के कोल है हम अभी आए हैं जी अपने मामे के घर भेजी दे सतनाम दी मेरा मामा सतनाम दा दादा
ਨਾਲ ਮੇਰੇ ਅਵਨੀਤ ਕੌਰ। ਹਾਂਜੀ ਭੇਲੀ ਲਿਆਂਦੀ ਮਾਸੀਆਂ ਨੂੰ ਲਿਆਂਦੀ ਨਾਨਕੇ ਲਿਆਂਦੀ ਮੇਰੇ ਸਤਨਾਮ ਦੀ ਭੂਆ ਦੇ ਘਰ ਲਿਆਂਦੀ ਮਾਮਾ ਜੀ ਦੇ ਘਰ ਲਿਆਂਦੀ ਅੱਜ ਦੇ ਵਲੋਗ ਵਿੱਚ ਤੁਹਾਨੂੰ ਰਿਸ਼ਤੇਦਾਰੀਆਂ ਵਿੱਚ ਭੇਲੀ ਦਿੱਤੀ ਸਤਨਾਮ ਦੀ। ਹੁਣ ਆਪਾਂ ਚੱਲੇ ਹਾਂ ਗੁਰਦੁਆਰਾ ਸਾਹਿਬ ਜੀ ਡੱਬਾ ਜਿਹੜਾ ਹੋਣ ਮੱਥਾ ਟੇਕਣਾ ਬਾਬਾ ਜੀ ਦੇ ਵਿੱਚ। ਹਾਂਜੀ ਹੁਣ ਕਰਦੇ ਹਾਂ ਅਸੀਂ ਅੱਜ ਦੇ ਬਲੌਗ ਦਾ ਐਂਡ। ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਕਹਿ ਦੇ ਹੁਣ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਸਾਡੇ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ।